ਪੰਜਾਬ ਦੇ ਵਿੱਚ ਪਸ਼ੂਆਂ ਦੀ ਲੰਪੀ ਸਕਿਨ ਬਿਮਾਰੀ ਦੇ ਚਲਦਿਆਂ ਪਸ਼ੂਆਂ ਨੂੰ ਇੱਕ ਤੋਂ ਦੂਸਰੇ ਸੂਬੇ ਦੇ ਵਿੱਚ ਲਿਜਾਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਪਾਬੰਦੀ ਪੰਜਾਬ ਸਰਕਾਰ ਦੇ ਵੱਲੋਂ ਲਾਈ ਗਈ ਹੈ ਤੇ ਦੋ ਤਿੰਨ ਦਿਨ ਪਹਿਲਾਂ ਪੰਜਾਬ ਦੇ ਵਿੱਚ ਪਸ਼ੂ ਮੇਲੇ ਵੀ ਬੰਦ ਕਰ ਦਿੱਤੇ ਗਏ ਨੇ। ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਹੁਣ ਤੱਕ ਇਸ ਬਿਮਾਰੀ ਦੇ ਨਾਲ 600 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਿਤ ਪਸ਼ੂਆਂ ਦਾ ਅੰਕੜਾ 27000 ਨੂੰ ਛੂ ਗਿਆ ਹੈ। ਰੋਜ਼ਾਨਾ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ। ਹਾਲਾਤ ਕਈ ਥਾਈ ਤਾਂ ਇੰਨੇ ਗੰਭੀਰ ਬਣ ਗਏ ਕਿ ਹੁਣ ਹੱਡਾਂ ਰੋੜੀਆਂ ਵੀ ਪਸ਼ੂਆਂ ਨੂੰ ਚੱਲ ਨਹੀਂ ਰਹੀਆਂ ਆਵਾਰਾ ਪਸ਼ੂ ਤਾਂ ਸੜਕਾਂ ਦੇ ਕਿਨਾਰੇ ਹੀ ਪਏ ਨੇ ਜਿਸ ਨਾਲ ਕਾਰਨ ਹਾਲਾਤ ਹੋਰ ਵਿਗੜਨ ਦਾ ਖਤਸ਼ਾ ਖੜਾ ਹੋ ਗਿਆ ਤਲਵੰਡੀ ਸਾਬੋ ਤੋਂ ਖਬਰ ਮਿਲੀ ਹੈ ਕਿ ਇੱਥੇ ਸੜਕਾਂ ਤੇ ਨਹਿਰਾਂ ਦੇ ਕਿਨਾਰੇ ਮਰੇ ਹੋਏ ਪਸ਼ੂ ਪਏ ਨੇ ਜਿਨ੍ਹਾਂ ਨੂੰ ਕੋਈ ਨਹੀਂ ਚੁੱਕ ਰਿਹਾ ਸੰਗਰੂਰ ਦੇ ਪਿੰਡ ਟੰਡੋਲੀ ਕਲਾਂ ਦੀ ਹੱਡਾਂ ਰੋੜੀ ਦੇ ਗੇਟ ਤੇ ਹੀ ਮਰੇ ਪਸ਼ੂ ਪਏ ਨੇ ਜਿਸ ਕਰਕੇ ਰਾਹਗੀਰਾਂ ਦਾ ਕਹਿੰਦੇ ਉਥੋਂ ਲੰਘਣਾ ਵੀ ਔਖਾ ਹੋ ਗਿਆ ਪਸ਼ੂਆਂ ਦੇ ਵਿੱਚ ਲੰਪਿਸਕਨ ਦੀ ਬਿਮਾਰੀ ਹੈ ਜਿਹੜੀ ਇੱਕ ਚਮੜੀ ਰੋਗ ਹੈ ਜਿਹੜਾ ਕਿ ਲਾਗ ਦੇ ਨਾਲ ਇੱਕ ਦੂਸਰੇ ਤੱਕ ਫੈਲ ਰਿਹਾ ਹੈ ਮਾਹਿਰ ਕਹਿੰਦੇ ਨੇ ਕਿ ਬਿਮਾਰੀ ਪਾਕਿਸਤਾਨ ਚੋਂ ਆਈ ਹੈ ਕੋਈ ਕਹਿੰਦਾ ਕਿ ਇਹ ਦੱਖਣੀ ਅਫਰੀਕਾ ਤੋਂ ਆਈ ਹੈ ਸਾਊਥ ਅਫਰੀਕਾ ਤੋਂ ਆਈ ਹੈ ਜਿਸ ਦਾ ਪਸਾਰ ਹੁਣ ਹਰਿਆਣਾ ਦੇ ਵਿੱਚ ਵੀ ਵੱਡੇ ਪੱਧਰ ਤੇ ਹੋ ਰਿਹਾ ਹੈ ਪਹਿਲਾਂ ਇਹ ਰਾਜਸਥਾਨ ਦੇ ਵਿੱਚ ਐਂਟਰ ਹੋਈ ਹੈ ਤੇ ਇੱਕ ਸਾਡੇ ਮੁਲਕ ਦੀ ਖਾਸੀਅਤ ਹੈ ਕਿ ਜਦੋਂ ਕੋਈ ਸਮੱਸਿਆ ਹੋਵੇ ਮੁਲਕ ਦੇ ਵਿੱਚ ਕੋਈ ਵੀ ਸਮੱਸਿਆ ਹੋਵੇ ਚਾਹੇ ਇਨਸਾਨਾਂ ਨੂੰ ਚਾਹੇ ਜਾਨਵਰਾਂ ਨੂੰ ਫਾਇਦਾ ਚੁੱਕਣ ਵਾਲੇ ਲੋਕ ਨੇ ਜਿਹੜੇ ਉਹ ਤਿਆਰ ਹੀ ਬੈਠੇ ਹੁੰਦੇ ਨੇ ਹੁਣ ਕਹਿੰਦੇ ਪਸ਼ੂਆਂ ਦੀਆਂ ਦਵਾਈਆਂ ਦੀ ਵੀ ਕਾਲਾ ਬਾਜ਼ਾਰੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਦਵਾਈਆਂ ਹੁਣ ਦੁੱਗਣੇ ਭਾਅ ਤੇ ਵਿਕ ਰਹੀਆਂ ਨੇ ਇਸ ਸਬੰਧੀ ਹੋਮੀਓਪੈਥਿਕ ਦਵਾਈ ਵੀ ਵੱਡੇ ਪੱਧਰ ਤੇ ਵਿਕ ਰਹੀ ਹੈ ਇਸ ਸੌਖੀ ਘੜੀ ਦੇ ਵਿੱਚ ਪਸ਼ੂ ਪਾਲਕਾਂ ਨੂੰ ਮਹਿੰਗੇ ਮੁੱਲ ਤੇ ਦਵਾਈਆਂ ਆਪਣੇ ਪਸ਼ੂਆਂ ਨੂੰ ਬਚਾਉਣ ਲਈ ਖਰੀਦਣੀਆਂ ਪੈ ਰਹੀਆਂ ਨੇ ਤੇ ਸਰਕਾਰ ਇੱਥੇ ਥੋੜੀ ਜਿਹੀ ਨਾਕਾਮ ਸਾਬਤ ਹੋ ਰਹੀ ਹੈ ਨਾ ਸਾਰੇ ਹਾਲਾਤਾਂ ਹਾਲਾਂਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਢੁੱਲਰ ਕਹਿ ਰਹੇ ਨੇ ਕਿ ਹైదరాబాద్ ਤੋਂ ਉਚੇਚੇ ਤੌਰ ਤੇ ਗੋਡ ਪਾਕਸ ਦਵਾਈ ਦੀਆਂ 66664 ਡੋਜ਼ਸ ਮੰਗਵਾ ਕੇ ਸੂਬੇ ਪਰਚ ਵੰਡੀਆਂ ਗਈਆਂ ਨੇ ਹੋਰ ਦਵਾਈ ਮੰਗਵਾਈ ਜਾ ਰਹੀ ਹੈ ਉਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਰੇ ਪਸ਼ੂਆਂ ਨੂੰ ਖੁੱਲੇ ਵਿੱਚ ਨਾ ਸੁੱਟ ਕੇ ਦਫ਼ਨ ਕੀਤਾ ਜਾਵੇ ਹਾਲ ਦੀ ਘੜੀ ਵਿੱਚ ਦੂਸਰੇ ਸੂਬਿਆਂ ਤੋਂ ਪਸ਼ੂ ਖਰੀਦ ਕੇ ਪੰਜਾਬ ਚ ਨਾ ਲਿਆਂਦੇ ਜਾਣ ਤਾਂ ਜੋ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਸੋ ਇੱਥੇ ਬਣਦਾ ਇਹ ਹੈ ਕਿ ਸਰਕਾਰ ਨੂੰ ਅਪੀਲ ਕਰਨ ਦੀ ਥਾਂ ਪ੍ਰਬੰਧ ਕਰਨੇ ਚਾਹੀਦੇ ਨੇ ਮੈਕਮੇ ਦੀ ਜਿਹੜੀ ਨਫਰੀ ਹੈਗੀ ਹੈ ਉਹ ਸਾਰੇ ਕਿਤੇ ਬਹੁਤ ਹੀ ਤੇਜ਼ੀ ਦੇ ਨਾਲ ਹੋਣੀ ਚਾਹੀਦੀ ਹੈ ਕੁਝ ਜਿਹੜੀਆਂ ਟੀਮਾਂ ਜ਼ਰੂਰ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕਿ ਜੇ ਲੋਕਾਂ ਨੂੰ ਹੱਡਾਂ ਰੋੜੀ ਦੇ ਵਿੱਚ ਪਸ਼ੂ ਦੱਬਣ ਦਾ ਸੁੱਟਣ ਦਾ ਥਾਂ ਨਹੀਂ ਮਿਲ ਰਿਹਾ ਤਾਂ ਸਰਕਾਰ ਇਹਦਾ ਕੋਈ ਯੋਗ ਪ੍ਰਬੰਧ ਕਰੇ